ਪੰਚਾਇਤਾਂ ਨੂੰ ਹੁੰਦੀ ਆ ਵੀ ਸਰਕਾਰ ਸਾਨੂੰ ਗ੍ਰਾਂਟਾਂ ਦਊਗੀ ਅਤੇ ਉਹ ਸਾਰੇ ਅੱਧੇ ਤਾਂ ਸਰਪੰਚ ਜਿਹੜੇ ਨਿਕਲਦੇ ਉਹ ਵੀ ਸਰਕਾਰ ਨਾਲ ਰਲ ਜਾਂਦੇ ਵੀ ਅਸੀਂ ਪਿੰਡ ਦੇ ਕੰਮ ਕਰਾਵਾਂਗੇ। ਹਰ ਇੱਕ ਨੂੰ ਹੁੰਦਾ ਵੀ ਮੈਂ ਸਰਪੰਚ ਬਣਿਆ ਪਿੰਡ ਦਾ ਕੰਮ ਕਰਾਵਾਂ ਕੋਈ ਅਤੇ ਉਹਨਾਂ ਦੀ ਸਟੇਟਮੈਂਟ ਪਰਸੋਂ ਕੀ ਦੇ ਕੇ ਗਏ ਨੇ। ਅੱਜ ਜਿਹੜੇ ਵੀ ਕੰਮ ਚੱਲ ਰਹੇ ਨੇ ਡਿਵੈਲਪਮੈਂਟ ਦੇ ਪਿੰਡਾਂ ਦੇ ਵਿੱਚ ਸਾਰੇ ਸੈਂਟਰ ਗੌਰਮੈਂਟ ਦੀਆਂ, ਚਾਹੇ ਮਨਰੇਗਾ ਸਕੀਮ ਆ ਚਾਹੇ ਫੋਰਟ ਇਨ ਫਾਈਨਾਂਸ ਕਮਿਸ਼ਨ ਆ, ਉਹਦੇ 'ਚੋਂ ਕੰਮ ਚਲਾ ਰਹੇ ਨੇ ਅਤੇ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਕਿ ਸਾਡੇ ਕੋਲ ਕੋਈ ਗ੍ਰਾਂਟ ਨਹੀਂ ਦੇਣ ਨੂੰ, ਕਿ ਪੰਚਾਇਤਾਂ ਆਪਣਾ ਗ੍ਰਾਂਟ ਦਾ ਪ੍ਰਬੰਧ ਆਪ ਕਰਨ। ਖਜ਼ਾਨਾ ਮੰਤਰੀ ਸਾਨੂੰ ਹਾਂ ਕਰ ਦਿੰਦਾ ਮਗਰ ਕਹਿੰਦਾ ਅੱਗੇ ਪੈਸੇ ਨਹੀਂ ਕੱਢਦੇ, ਮਤਲਬ ਕਿ ਸਾਰੇ ਹਾਊਸ ਨੂੰ ਮਿਸਲੀਡ ਕਰਨ ਲਈ ਉਹਨੇ ਖਜ਼ਾਨਾ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਤਾ, ਕਿਉਂਕਿ ਜੇ ਅਫਸਰ ਕੰਮ ਨਹੀਂ ਕਰ ਰਹੇ ਹੁਣ ਤੁਸੀਂ ਇਹ ਰਲੀ ਮਿਲੀ ਭੁਗਤ ਕੀਤੀ, ਉਹਨੇ ਸਾਰਾ ਕੁਛ ਤਾਂ ਪਰਦਾ ਫਾਸ਼ ਕਰਤਾ। ਔਰ ਵੱਡੀ ਗੱਲ ਵੇਖੋ, ਅੱਜ ਇੰਨੀ ਠੰਡ ਦੇ 'ਚ ਆਪਾਂ ਬੈਠੇ, ਆਪਣੇ ਤੋਂ ਨਹੀਂ ਬੈਠਿਆ ਜਾ ਰਿਹਾ, ਉਹ ਨੰਨੇ ਮੁੰਨੇ ਬੱਚਿਆਂ ਨੂੰ ਯੂਨੀਫਾਰਮ ਤਾਂ ਪਹੁੰਚ ਨਹੀਂ ਰਹੀ। ਅੱਜ ਤੁਹਾਡੀ ਅਖਬਾਰਾਂ ਦੀ ਫਰੰਟ ਪੇਜ ਦੀ ਖਬਰ ਹੈ, ਪਿਛਲੇ ਸਾਲ ਵੀ ਇਹੀ ਸੀ। ਔਰ ਉਹ ਉਸ ਮੰਤਰੀ ਨੂੰ ਪੁੱਛੋ ਕੀ ਹੈ, ਉਹ ਫਿਰ ਕਹਿੰਦਾ ਜੀ ਇਹਨੇ ਪੈਸੇ ਨਹੀਂ ਦਿੱਤੇ ਖਜ਼ਾਨਾ। ਸਾਰੀ ਪੰਜਾਬ ਦੀਆਂ ਪ੍ਰੋਬਲਮਾਂ ਲੈ ਦੇ ਕੇ ਖਜ਼ਾਨਾ ਮੰਤਰੀ ਦੇ ਦਰਵਾਜ਼ੇ 'ਤੇ ਜਾ ਰਹੀਆਂ, ਤਦੇ ਇਹ MLA ਹੁਣ ਸਾਰੇ ਆਪ ਹੀ ਬੋਲ ਪਏ। ਔਰ ਉਹ ਅਗਲੀ ਗੱਲ, ਉਹ ਜਿਹੜਾ ਆਪਣਾ ਜੇ ਕੋਈ ਟੀਚਰ ਸਾਹਿਬਾਨ ਨੌਕਰੀ ਮਿਲੇ ਉਹਨੂੰ ਕਿੰਨੇ ਪਿਆਰੇ ਮਿੱਠੇ ਮਿੱਠੇ ਬੋਲ ਸੁਣਨ ਨੂੰ ਮਿਲਦੇ, ਉਹ ਵੀ ਤੁਸੀਂ ਸੁਣ ਲਿਓ। ਇਸ ਲਈ ਹਾਲਾਤ ਬਣੇ ਕੀ ਪਏ ਆ ਜੀ, ਇਟਸ ਅ ਵੈਰੀ ਸੀਰੀਅਸ ਸਿਚੁਏਸ਼ਨ। ਔਰ ਇਹਨਾਂ ਹਾਲਾਤਾਂ 'ਚ ਮੈਂ ਸਮਝਦਾ ਕਿ ਬਿੱਟੂ ਜੀ ਇੱਕ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਕਿ ਇਹ ICU 'ਚੋਂ ਜਦ ਤੱਕ ਇਹਨਾਂ ਦਾ ਇਲਾਜ ਮਰੀਜ਼ ਨੂੰ ਜਿਹੜਾ ਖਜ਼ਾਨਾ ਮੰਤਰੀ ਇੱਕ ਮਰੀਜ਼ ਦੇ ਤੌਰ 'ਤੇ ਇਹੋ ਜਿਹੇ ਨੂੰ ਨਹੀਂ ਬਦਲੋਗੇ ਤਾਂ ਤੁਸੀਂ ਫਿਰ ICU 'ਚੋਂ ਪੰਜਾਬ ਦੀ ਸਰਕਾਰ ਦੀ ਇਕਾਨਮੀ ਨਹੀਂ ਕੱਢ ਸਕਦੇ। ਉਹਨੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਨੂੰ ਇੱਕ ਫੇਲੀਅਰ ਦੱਸਿਆ ਸਪਸ਼ਟ ਰੂਪ 'ਚ, ਜੇ ਉਹਦੇ ਲਫਜ਼ਾਂ ਤਾਂ ਤੁਸੀਂ ਨਿਚੋੜ ਕੱਢ ਦਿਓ। ਜੀ ਡੀ ਸਾਹਿਬ 6 ਸਲਾਹਕਾਰ ਲਾਏ ਸੀ ਮੁੱਖ ਮੰਤਰੀ ਨੇ ਆਪ ਵੀ ਪੰਜਾਬ ਦਾ ਜਿਹੜੀ ਹਾਲਾਤ ਜਿਹੜੇ ਨੇ ਉਹ ਸਹੀ ਕੀਤੇ ਜਾ ਸਕਣ, ਅਤੇ ਉਹਦੇ ਵਿੱਚੋਂ ਇੱਕ ਸਲਾਹਕਾਰ ਜਿਹੜੇ ਆਪਣੇ ਰਾਜਾ ਵੜਿੰਗ ਨੇ ਉਹ ਸਲਾਹ ਦੇ ਰਹੇ ਨੇ ਮੁੱਖ ਮੰਤਰੀ ਨੂੰ ਪਰਫੋਰਮੈਂਸ ਦੇ ਤੌਰ 'ਤੇ ਰੀਸ਼ਫਲਿੰਗ ਕੀਤੀ ਜਾਏ। ਤੁਹਾਨੂੰ ਲੱਗਦਾ ਹੁਣ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਘੱਟੋ ਘੱਟ ਸਲਾਹਕਾਰ ਜਿਹਨਾਂ ਨੂੰ 6 ਕਮਰੇ ਦਿੱਤੇ ਸੈਕਟਰੇਟ ਦੇ ਵਿੱਚ ਵੱਡੇ ਵੱਡੇ, ਜੇ ਉਹਨਾਂ ਦੀ ਸਲਾਹ ਮੰਨੀ ਚਾਹੀਦੀ, ਇਸੇ ਕੰਮ ਲਈ ਸਲਾਹਕਾਰ ਰੱਖੇ ਸੀ? ਨਹੀਂ ਤਾਂ ਬਿਲਕੁਲ ਜੀ ਬਿਲਕੁਲ, ਉਹ ਤਾਂ ਮੈਂ ਉਹੀ ਕਹਿ ਰਿਹਾ ਕਿ ਸਾਡੀ ਨਾ ਸੁਣੋ, ਤੁਹਾਡੀ ਨਾ ਸੁਣੋ, ਤੁਸੀਂ ਚੌਥਾ ਪਾਵਾਂ ਤੁਹਾਡੀ ਵੀ ਨਾ ਕੋਈ ਸੁਣੇ, ਪੰਜਾਬ ਦੇ ਲੋਕਾਂ ਦੀ ਕੋਈ ਨਾ ਸੁਣੇ, ਇਹਨਾਂ ਦੀ ਸੁਣ ਲਓ ਆਪਦੇ ਚੇਤਿਆਂ ਦੀ, ਛੱਡੋ ਸਭ ਦੀਆਂ ਗੱਲਾਂ। ਇਹ ਤਾਂ ਹੁਣ ਕਾਂਗਰਸ ਹੀ ਸਵਾਲ ਉਠਾ ਰਹੇ ਹਰ ਗੱਲ 'ਤੇ, ਔਰ ਸੀਨੀਅਰ ਔਨ ਪੀਪਲ, ਔਰ ਜਿਹੜੇ ਇਹ ਵੀ ਉਜਾਗਰ ਕਰ ਰਹੇ ਆ ਕਿ ਅਸੀਂ ਪੱਕੇ ਕਾਂਗਰਸੀ ਹਾਂ। ਕਹੀ ਆਇਆ ਗਿਆ ਆਇਆ ਰਾਮ ਗਿਆ ਰਾਮ ਵਾਲੇ ਨੇ, ਫਸਲੀ ਬਟੇਰੇ ਨੇ, ਸਾਡੀ ਗੱਲ ਸੁਣੋ। ਉਹ ਸਪਸ਼ਟ ਤਾਂ ਕਰੀ ਜਾਂਦਾ, ਹੋਰ ਕੀ ਕੁਛ ਕਹਿ ਦੇਵੇ। ਹੁਣ ਉੱਥੇ ਵਿਚਾਰੇ 'ਤੇ ਅੱਜ ਰਾਤ ਨੂੰ ਦਬਾਅ ਪੈ ਜਾਣਾ, ਸਵੇਰ ਤੱਕ ਉਹਨੇ ਨਵੇਂ ਬਿਆਨ ਛੱਡ ਦੇਣੇ, ਕਿਉਂਕਿ ਹੁਣ ਦਬਾਅ ਪਊਗਾ। ਕਿਉਂਕਿ ਖਜ਼ਾਨਾ ਮੰਤਰੀ ਸਾਹਿਬ ਵੀ ਅੱਜ ਬੋਲੇ ਆ ਬਠਿੰਡੇ 'ਚ, ਕਹਿੰਦੇ ਜੀ ਜੇ ਕੋਈ ਗੱਲ ਸੀ ਤਾਂ ਜਾਖੜ ਨੂੰ ਦੱਸ ਦਿੰਦੇ, ਜਾਖੜ ਦੇ ਕੋਲ ਤਾਂ ਪੱਕੀ ਫਾਇਰ ਬ੍ਰਿਗੇਡ ਦਿੱਤੀ ਆ, ਜਿਹੜਾ ਔਖਾ ਆਉਂਦਾ ਉਹ 'ਤੇ ਪਾਣੀ ਪਾ ਦਿੰਦਾ ਕਿ ਕੋਈ ਨਾ ਕੋਈ ਨਾ ਕੋਈ ਨਾ। ਅਤੇ ਇਹ ਤੁਸੀਂ ਵੇਖ ਹੀ ਰਹੇ ਹੋ ਕਿ ਲੋਕਾਂ ਦੀ ਗੱਲ ਨਾ ਆਵੇ, ਪਾਣੀ ਪਾ ਦਿਓ ਹਰ ਕੰਮ ਨੂੰ। ਦੇਖੋ ਰੰਧਾਵਾ ਥੋੜਾ ਨਾ ਹਿੱਲ ਗਿਆ ਹੁਣ, ਵਿਚਾਰਾ ਇਹਨੂੰ ਐਵੇਂ ਟੈਨਸ਼ਨ ਹੋ ਗਈ ਆ, ਤੁਸੀਂ ਵੀ ਬਾਲੇ ਸਵਾਲ ਨਾ ਪੁੱਛੋ ਉਹਨੂੰ, ਕਿਤੇ ਕੁਛ ਹੋ ਗਿਆ ਤੁਹਾਡੇ ਜਿੰਮੇ ਪੈ ਜੂ, ਤੁਹਾਡਾ ਚੈਨਲ ਹੁਣ ਹਟਦਾ ਹੀ ਨਹੀਂ। ਇਸ ਲਈ ਉਹਨੂੰ ਵਿਚਾਰੇ ਨੂੰ ਇੱਕ ਤਾਂ ਉੱਥੋਂ ਜੱਗੂ ਦੀ ਮਾਤਾ ਉਹਦੀ ਚਾਚੀ ਹਰਜੀਤ ਕੌਰ ਉਹਨੂੰ ਤੰਗ ਕਰਦੀ ਆ, ਉੱਤੋਂ ਤਾਂ ਯਾਰ ਜੱਗੂ ਉਹਨੂੰ ਤੰਗ ਕਰਦਾ ਜੇਲ੍ਹ 'ਚੋਂ ਬੈਠਿਆ, ਉੱਤੋਂ ਤੁਹਾਡਾ ਚੈਨਲ ਨਹੀਂ ਹਟਦਾ ਮਗਰ ਇਸ ਤਰ੍ਹਾਂ ਘੁਮਾਉਂਦਾ ਫਿਰਦਾ ਉਹ ਭੂਪ ਨੂੰ ਜਾ, ਅਤੇ ਉਹਦੇ ਵਿਚਾਰੇ ਨੂੰ ਕੁਛ ਹੋ ਗਿਆ। ਅੱਗੇ ਠੰਡ ਦਾ ਮੌਸਮ ਹੈ, ਮੇਰੇ ਵੀਰ ਨੂੰ ਨਾ ਤੰਗ ਕਰੋ, ਉਹਦਾ ਕੰਮ ਤਾਂ ਹੋ ਹੀ ਜਾਣਾ, ਉਹ ਕਿੰਨਾ ਚਿਰ ਬਚ ਜੂ। ਦੇਖੋ ਜਿਹੜੀ ਅੱਜ ਇਹ ਗੱਲਾਂ ਗੈਂਗਸਟਰਾਂ ਨਾਲ ਸੰਬੰਧ ਆ ਜੱਗ ਜਾ ਰਹੇ, ਤਾਂ SSPਾਂ ਦੀ ਰਿਪੋਰਟਾਂ ਨੇ, ਪੁਲਿਸ ਮਹਿਕਮੇ ਦੀ ਰਿਪੋਰਟ, ਔਰ ਵੱਡੀ ਗੱਲ ਤੁਸੀਂ ਹਾਲੇ ਤੱਕ ਇਨਵੈਸਟੀਗੇਸ਼ਨ ਨਹੀਂ ਕੀਤੀ। ਜਿਸ ਦਿਨ ਆਪਾਂ ਇਹ ਸਾਰੇ ਰੌਲੇ ਪਾਏ ਆ, 3 ਫੋਨ ਜੱਗੂ ਕੋਲੋਂ ਜੇਲ੍ਹ ਮਹਿਕਮੇ ਨੇ ਰਿਕਵਰ ਕੀਤੇ ਆ,
ਆਮ ਜਾ ਕੇ ਉੱਥੇ ਪੁੱਛ ਲਓ ਕਿ ਸਿੱਧੇ ਫੋਨ ਸੁੱਖੀ ਰੰਧਾਵੇ ਕੋਲ ਗਏ ਕਿਉਂ ਕਿਉਂਕਿ ਉਹਨਾਂ ਫੋਨਾਂ ਨਾਲ ਡਾਇਰੈਕਟ ਇਨ ਟੱਚ ਸੀ ਦੇਖੋ ਉਹਦੀ ਮਾਤਾ ਨੂੰ ਤਾਂ ਇਹਨੇ ਸਾਰੀ ਚੌਧਰ ਦਿੱਤੀ ਹੈ ਗਰਾਂਟਾਂ ਦਿੱਤੀਆਂ ਮੈਂ ਤਾਂ ਨਹੀਂ ਦਿੱਤੀ ਆਪਦੀ ਚਾਚੀ ਨੂੰ ਇਹਨੇ ਔਰ ਬਾਰ ਬਾਰ ਤੁਹਾਨੂੰ ਮਿਸਲੀਡ ਕਰਦਾ ਇੱਕ ਗੱਲ ਤੋਂ ਕਿ ਜੀ ਜਿਹਨੇ ਫੜਿਆ ਉਹ ਮਾੜਾ ਹੁੰਦਾ ਜੀ 15 'ਚ ਅਸੀਂ ਫੜ ਲਿਆ ਔਰ ਫਿਰ ਤੁਹਾਨੂੰ ਮਿਸਲੀਡਿੰਗ ਹਰ ਗੱਲ 'ਚ ਝੂਠ ਕਹਿੰਦਾ ਜੀ 44 ਪਰਚੇ 44 ਪਰਚੇ ਨਹੀਂ 63 ਪਰਚੇ ਆ ਔਰ 63 ਪਰਚਿਆਂ ਤੋਂ ਸਿਰਫ 5 ਪਰਚੇ ਮਜੀਠੇ ਦੇ ਉਹਦੇ 'ਚ ਹੀ ਫੜੇ ਗਏ ਔਰ ਇਹ ਪਰਚਿਆਂ ਦੀ ਕਿਉਂ ਗੱਲ ਲੁਕਾਉਂਦਾ ਔਰ ਵੱਡੀ ਗੱਲ ਵੇਖੋ ਜਿਹੜੀ ਰਿੱਟ ਪਵਾਈ ਹੈ ਹਾਈਕੋਰਟ 'ਚ ਉਹ ਉਹਨੇ ਨਹੀਂ ਪਾਈ ਕਿਤੇ ਐਵੇਂ ਕਹੋ ਕਿ ਜੱਗੂ ਨੇ ਪਾ ਤੀ ਮਿੰਟੋ ਮਿੰਟੀ ਉਹ ਰਿੱਟ ਪਾਈ ਹੈ ਸੁੱਖੀ ਨੇ ਪਵਾਈ ਹੈ ਔਰ ਸ਼ਬਦਾਵਲੀ ਵੀ ਸੁੱਖੀ ਦੀ ਵਰਤੀ ਗਈ ਹੈ 44 ਪਰਚੇ ਜੀਤੇ 63 ਪਰਚੇ ਉਹ 44 ਕਿਵੇਂ ਦੱਸ ਰਿਹਾ ਉਹਦੇ 'ਚੋਂ ਦੱਸ ਰਿਹਾ ਕਹਿੰਦਾ 29 ਮਜੀਠੇ ਦੇ ਜਿਹੜੀ ਗੱਲ ਹੀ ਝੂਠ ਹੈ 50% ਵੇਟ ਦੇਤੀ ਮਤਲਬ ਉਹਨੇ ਕਿਉਂ ਇਹ ਕਰ ਰਹੇ ਹੈ ਔਰ ਰਲ ਮਿਲ ਕੇ ਸਾਰੀ ਖੇਡ ਖੇਡ ਰਹੇ ਇਹਨੇ ਉਹਦੀ ਜੇਲ੍ਹ 'ਚੋਂ ਟ੍ਰਾਂਸਫਰ ਕਰਨੀ ਸੀ ਹੁਣੇ ਮਾਤਾ ਦਾ ਦਬਾਅ ਸੀ ਚਾਚੀ ਦਾ ਇਹਦਾ ਕਿ ਇਹਨੂੰ ਟ੍ਰਾਂਸਫਰ ਕਰ ਅੰਮ੍ਰਿਤਸਰ ਹੁਣ ਘਬਰਾ ਗਿਆ ਹੁਣ ਕੋਰਟ ਦਾ ਸਹਾਰਾ ਭਾਲਦਾ ਕਿ ਕੋਰਟ ਆਰਡਰ ਦੇ ਦੇਵੇ ਅਤੇ ਮੇਰਾ ਆ ਭਤੀਜਾ ਉਹਦਾ ਸੁੱਖੀ ਦਾ ਜੱਗੂ ਪਹੁੰਚ ਜੇ ਉੱਥੇ ਮਗਰ ਦੇਖੋ ਸੱਚ ਸੱਚ ਆਗੂ ਆਊ ਸਮਝ ਹਾਂਜੀ ਜਿਤਨੇ ਵੀ ਦੰਗੇ ਹੈ ਜਿਤਨੇ ਵੀ ਇਹ ਹੋ ਰਿਹਾ ਕਾਂਗਰਸ ਕੇ ਕਾਂਗਰਸ ਕੀ ਪਾਰਟੀ ਹੈ ਕਾਂਗਰਸ ਕਰਾ ਰਹੀ ਹੈ ਕਿ ਇਹ ਬਿੱਲ ਕੇ ਆਨੇ ਕੇ ਬਾਅਦ ਦੇਖੋ ਅਕਾਲੀ ਦਲ ਕਾ ਕਹਿ ਰਿਹਾ ਦੇਖੋ ਮੈਂ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਬਹੁਤ ਬੜੇ ਆਦਮੀ ਹੈ ਜੀ ਮੈਨੇ ਕਿਆ ਬੋਲਣਾ ਉਹ ਕਿਆ ਬੋਲ ਰਹੇ ਨਹੀਂ ਬੋਲ ਰਹੇ ਮੈਂ ਤੋ ਯਹੀ ਬਾਤ ਬੋਲੂੰਗਾ ਕਿ ਜੀ CAA ਮੇਂ ਸ਼੍ਰੋਮਣੀ ਅਕਾਲੀ ਦਲ ਕਾ ਸਟੈਂਡ ਬੜਾ ਸਪਸ਼ਟ ਹੈ ਕਿ ਰਿਲੀਜਨ ਕੇ ਆਧਾਰ ਪੇ ਯੇ ਨਹੀਂ ਇਸਕੋ ਇੰਪਲੀਮੈਂਟ ਹੋਣਾ ਚਾਹੀਏ ਇਸਕੋ ਸਭ ਕੋ ਜਿਨਕੇ ਸਾਥ ਵੀ ਧੱਕਾ ਹੋ ਰਹਾ ਹੈ ਇਨ ਯੇ ਤੀਨ ਮੁਲਕ ਕੀ ਕੋਈ ਅਭੀ ਬਾਤ ਹੋ ਰਹੀ ਹੈ ਉਨ ਸਭ ਕੋ ਅਪਣਾਉਣਾ ਚਾਹੀਏ ਅਗਰ ਅਪਣਾਨੇ ਕੀ ਬਾਤ ਹਮ ਕਰ ਰਹੇ ਔਰ ਇਸ ਬਾਤ ਮੇਂ ਔਰ ਜੋ ਦਿੱਲੀ ਮੇਂ ਹਾਲਾਤ ਬਣੇ ਹੈ ਚਾਹੇ ਵੋ ਸਟੂਡੈਂਟਸ ਪ੍ਰੋਟੈਸਟ ਕਰ ਰਹੇ ਥੇ ਯਾ ਕੋਈ ਕਰ ਰਹੇ ਥੇ ਕਿਸੀ ਕੇ ਸਾਥ ਜਬਰ ਨਾ ਹੋਏ ਜੀ ਬੜੇ ਆਪ ਹਰ ਚੀਜ਼ ਕਾ ਡਾਇਲੋਗ ਹੁੰਦਾ ਹੈ ਡੈਮੋਕ੍ਰੇਸੀ ਮੇਂ ਡਾਇਸੈਂਟ ਡੈਮੋਕ੍ਰੇਸੀ ਮੇਂ ਵਿਚਾਰੋ ਕਾ ਮਤਭੇਦ ਬੜਾ ਜੈਨੂਇਨ ਸਾ ਕਾਮ ਹੈ ਔਰ ਯਹੀ ਡੈਮੋਕ੍ਰੇਸੀ ਕੀ ਖੂਬਸੂਰਤੀ ਹੈ ਤੋ ਉਸ ਖੂਬਸੂਰਤੀ ਕੋ ਬਰਕਰਾਰ ਰੱਖਤੇ ਹੋਏ ਜੇ ਕੋਈ ਕਿਸੀ ਕੋ ਉਸ ਮੇਂ ਕੋਈ ਇਸ਼ੂਜ਼ ਹੈ ਉਹ ਸੈਟਲ ਕਰਨੇ ਸਰਕਾਰੋਂ ਕਾ ਕਾਮ ਹੋਤੇ ਆਜ ਕਾ ਆਜ ਜੋ ਕੋਈ ਇਸ਼ੂ ਹੈ ਪੰਜਾਬ ਰਿਲੇਟਡ ਹੈ ਹਮ ਤੋ ਆਜ ਸੇ ਨਹੀਂ ਬੋਲ ਰਹੇ ਜੀ ਹਮ ਤੋ ਪਾਰਲੀਮੈਂਟ ਮੇਂ ਵੀ ਬੋਲ ਕੇ ਆਏ ਹਾਂ ਹਮ ਤੋ ਬੜਾ ਸਪਸ਼ਟ ਸੁਖਬੀਰ ਜੀ ਪਾਰਲੀਮੈਂਟ ਮੇਂ ਬੋਲ ਆਏ ਹੈ ਬੁੰਦੜ ਸਾਹਿਬ ਪਾਰਲੀਮੈਂਟ ਮੇਂ ਬੋਲ ਆਏ ਹੈ ਉਸ ਦਿਨ ਸੇ ਰੋਜ਼ ਹੀ ਬੋਲ ਰਹੇ ਹੈ ਬੀਜੇਪੀ ਸੁਣ ਨਹੀਂ ਰਹੀ ਹਾਂਜੀ ਬੀਜੇਪੀ ਸੁਣ ਨਹੀਂ ਆਪ ਆਪ ਇਸਕੋ ਜੋ ਮਰਜ਼ੀ ਕਹਿ ਲੋ ਮਜੀਠੀਆ ਸਾਹਿਬ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਵੀ ਸਰਕਾਰ ਜਿਹੜੀ ਹੈ ਉਹ ਅਧਿਗ੍ਰਹਿਣ ਕਰਨ ਜਾ ਰਹੀ ਹੈ ਇੰਡਸਟਰੀ ਲਾਉਣ ਦੇ ਹੱਬ ਦੇ ਨਾਂ ਤੇ ਕੀ ਅਕਾਲੀ ਦਲ ਵਿਰੋਧ ਕਰੇਗਾ ਕਿਉਂਕਿ ਲੋਕ ਇਨਸਾਫ ਪਾਰਟੀ ਉਹਦੇ ਖਿਲਾਫ ਮੋਰਚਾ ਖੋਲਣ ਜਾ ਰਹੀ ਹੈ ਅਲੈਂਡ ਬੈਂਕ ਨੂੰ ਲੈ ਚਲੋ ਦੇਖੋ ਲਿਪ ਜੋ ਮਰਜ਼ੀ ਕਰੇ ਜੀ ਲਿਪ ਸਰਵਿਸ ਕਰੇ ਭਾਵੇਂ ਮੋਰਚਾ ਖੋਲੇ ਉਹਨਾਂ ਦਾ ਕੰਮ ਹੈ ਸਾਡਾ ਸਟੈਂਡ ਬੜਾ ਸਪਸ਼ਟ ਹੈ ਇਹਦੇ 'ਤੇ ਕਿ ਇਹ ਜਿਹੜੀ ਪੰਚਾਇਤ ਦੀ ਜ਼ਮੀਨ ਹੈ ਇਹ ਇਹਦੇ ਪਿੰਡਾਂ ਦੇ ਲੋਕਾਂ ਵਾਸਤੇ ਆ SC ਭਾਈਚਾਰੇ ਵੀ ਬੜੀ ਵੱਡੀ ਗਿਣਤੀ 'ਚ ਇਹ ਜ਼ਮੀਨ ਆਪਦੀ ਲੈਂਦੇ ਆਪਦੀ ਵਾਹੀ ਖੇਤੀ ਵਾਸਤੇ ਔਰ ਇਹ ਬੜਾ ਵੱਡਾ ਸਕੈਂਡਲ ਸਰਕਾਰ ਕਰ ਰਹੀ ਹੈ ਕਿਉਂਕਿ ਚੰਡੀਗੜ੍ਹ ਦੇ ਆਲੇ ਦੁਆਲੇ ਇਹ ਕੀਮਤੀ ਜ਼ਮੀਨਾਂ ਆਪਦੇ ਚੇਤਿਆਂ ਨੂੰ ਦੇਣ ਵਾਸਤੇ ਇਹ ਸਾਰੀ ਪਲੈਨਿੰਗ ਬਣੀ ਹੈ ਔਰ ਜਿਹੜਾ ਸਾਰਾ ਮੈਟਰ ਆਲਰੇਡੀ ਹਾਈਕੋਰਟ ਦੇ ਧਿਆਨ 'ਚ ਹੈ ਇਹ ਸਾਡੀ ਸਰਕਾਰ ਵੇਲੇ ਉਦੋਂ ਅਸੀਂ ਕਾਨੂੰਨ ਲੈ ਕੇ ਆਏ ਸਾਂ ਕਿ ਪੰਚਾਇਤੀ ਜ਼ਮੀਨ ਸਾਂਝੀ ਜ਼ਮੀਨ ਪਿੰਡ 'ਚ ਜਿਹੜੀ ਹੈ ਉਹ ਪਿੰਡ ਦੇ ਭਲੇ ਵਾਸਤੇ ਤਾਂ ਵਰਤੀ ਜਾ ਸਕਦੀ ਹੈ ਮਗਰ ਉਹਨੂੰ ਕਦੇ ਤੁਸੀਂ ਸੇਲ ਨਹੀਂ ਕਰ ਸਕਦੇ ਸੋ ਦਿਸ ਇਜ਼ ਅ ਵੈਰੀ ਬਿਗ ਫਰੋਡ ਉਹ ਕੀਮਤੀ ਜ਼ਮੀਨਾਂ ਨੂੰ ਹਥਿਆਉਣ ਦਾ ਜਿਹੜਾ ਅੱਗੇ ਬੜੇ ਸੀਨੀਅਰ ਕਾਂਗਰਸੀ ਲੀਡਰਾਂ ਦਾ ਇਸ ਕੰਮ 'ਚ ਨਾਂ ਆਇਆ ਹੋਇਆ ਆਲਰੇਡੀ ਔਰ ਉਹ ਕੋਰਟ ਦੇ ਧਿਆਨ 'ਚ ਵੀ ਅਸੀਂ ਇਹਦੇ ਵਿਰੋਧ 'ਚ ਹਾਂ ਜੀ ਸਪਸ਼ਟ ਤੌਰ 'ਤੇ ਇੰਨੀਆਂ ਖਬਰਾਂ ਤੁਸੀਂ ਲਾਉਣੀ ਨਹੀਂ ਤੁਸੀਂ ਤਾਂ ਆਪਦੇ ਫੇਵਰੇਟ ਟਾਪਿਕ 'ਤੇ ਰਹੋ ਸੁੱਖੀ ਰੰਧਾਵੇ ਤੋਂ ਮਗਰ ਉਹਦਾ ਨਾਲ ਇਲਾਜ ਵੀ ਕਰਾਉਂਦੇ ਰਹੇ ਇਲਾਜ ਕਰਾ ਕੇ ਸਵਾਲ ਪੁੱਛੋ ਲਗਾਤਾਰ ਵਿਵਾਦਾਂ 'ਚ ਰਹਿੰਦੇ ਨੇ ਉਹਨਾਂ ਨੇ ਸਰਕਾਰੀ ਅਫਸਰਾਂ ਨੂੰ ਇੱਕ ਧਮਕੀ ਦਿੱਤੀ ਹੈ ਵੀਡੀਓ ਵਾਇਰਲ ਹੋਈ ਹੈ ਕਿਹੜੀ ਵੀਡੀਓ
ਭਾਸ਼ਾ ਵਰਤੀ ਆ ਹੁਣ ਸੀ ਐਮ ਸਾਹਿਬ ਹੀ ਦੱਸਣ ਕਿ ਇਹ ਜੇ ਐਡਵਾਈਜ਼ਰ ਰੱਖੇ ਕਾਹਦੇ ਲਈ ਉਹ ਜਿਹੜੇ ਲਾਈਨਿੰਗ ਦਾ ਪ੍ਰੋਜੈਕਟ ਹੈ ਕਿ ਉਹ ਲਾਈਨਿੰਗ ਹੋਣੀ ਚਾਹੀਦੀ ਤੇ ਜਿੰਨੇ ਵੀ ਕਿਸਾਨਾਂ ਦੇ ਜਿਹੜੀਆਂ ਉਹਨਾਂ ਦੇ ਉਹ ਸ਼ੂਟਸ ਲੱਗੀਆਂ ਸੀ ਉਹ ਬੰਦ ਕਰਾਉਣ ਦੇ ਆਰਡਰ ਕਿਹਦੇ ਸੀ ਉਹ ਵੀ ਸਰਕਾਰ ਦੇ ਸੀ ਵਜ਼ੀਰ ਸਾਹਿਬ ਦੇ ਸੀ ਸਾਡੇ ਵੇਲੇ ਤੇ ਲੱਗੇ ਹੋਏ ਸੀ ਲੋਕ ਲੈ ਰਹੇ ਆ ਚਲਾ ਰਹੇ ਆ ਔਰ ਉਹ ਚਲਾ ਰਹੇ ਆ ਜਦ ਤੇ ਤੁਸੀਂ ਆਰਡਰ ਕੱਢੇ ਕਿਉਂ ਔਰ ਅੱਜ ਜਾ ਕੇ ਉੱਥੇ ਡਰਾਮਾ ਕਰਨਾ ਕਿਸੇ ਅਫਸਰ ਨੂੰ ਜ਼ਿੰਮੇਵਾਰ ਠਹਿਰਾਉਣਾ ਜੇ ਉਹਨੇ ਛਿੱਤਰ ਮਾਰਨੀ ਹੈ ਤੇ ਛਿੱਤਰ ਦਾ ਫਿਰ ਅਸਲ ਹੱਕਦਾਰ ਉਹ ਮਹਿਕਮੇ ਦਾ ਮੈਂ ਕਹਿਣਾ ਨਹੀਂ ਚਾਹੁੰਦਾ ਅਫਸਰ ਦੀ ਵਿਚਾਰੇ ਦੀ ਕੀ ਹੈ ਸੇਖੋ ਦੀ ਹੁਣ ਕਾਹਦੀ ਗਲਤੀ ਕੱਢੋਗੇ ਤੁਸੀਂ ਟਕਸਾਲੀ ਕੀ ਕਰਦੇ ਜੀ ਟਕਸਾਲੀ ਉਹ ਤੇਰੇ ਤੇ ਛੱਡ ਦੇ ਬਸ ਸਵਾਲ ਰਹਿਣ ਜੋ ਮੈਂ ਪਰਸੋਂ ਫੇਰ ਆਉਣਾ ਲਾਸਟ ਕੁਐਸਚਨ ਹੈ ਬਿੱਟੂ ਨੇ ਨਵਜੋਤ ਸਿੱਧੂ ਤੇ ਵੀ ਟਿੱਪਣੀ ਕੀਤੀ ਸੀਗੀ ਕਿ ਜਿੱਦਾਂ ਕਿ ਉਹ ਕੈਪਟਨ ਸਾਹਿਬ ਦੇ ਮਤਲਬ ਕਿ ਨਹੀਂ ਮੁੱਖ ਮੰਤਰੀ ਸਮਝਦੇ ਤੇ ਉਸ ਤੋਂ ਬਾਅਦ ਤੁਸੀਂ ਕੀ ਸੋਚਦੇ ਹਾਂਜੀ ਦੇਖੋ ਬਿੱਟੂ ਨੇ ਅੱਜ ਕੱਲ ਜੋ ਕੁਛ ਵੀ ਕਿਹਾ ਹੁਣ ਮੈਂ ਤਾਂ ਮੈਨੂੰ ਦੁੱਖ ਇਸ ਗੱਲ ਦਾ ਕਿ ਨੈਤਿਕਤਾ ਦੀ ਗੱਲ ਸਰਦਾਰ ਸਿੱਧੂ ਜੀ ਕਰਦੇ ਆ ਸੇਖੋ ਦੀ ਪਿੱਠ ਮਗਰ ਤਾਂ ਖਲੋ ਲਾ ਕੇ ਕਿਉਂ ਨੀ ਖਲੋਂਦੇ ਅੱਜ ਉਸ ਸੇਖੋ DSP ਦੇ ਮਗਰ ਇਨਕੁਆਇਰੀ ਤੁਹਾਡੀ ਲਾਈ ਆ ਪੰਗਾ ਤੁਸੀਂ ਉਸ ਅਫਸਰ ਨੂੰ ਵਿੱਚ ਫਸਾਇਆ ਹੁਣ ਕੋਈ ਕਵੇ ਅਫਸਰਾਂ ਨੂੰ ਛਿੱਤਰ ਮਾਰਨੇ ਜਾਂ ਕਿਸੇ ਦਿਸ ਦੇ ਨਾਟ ਇਹ ਇਹਦਾ ਕੀ ਫਾਇਦਾ ਜੀ ਜਿਹਦੇ ਆਰਡਰ ਆ ਉਹਨੂੰ ਪੁੱਛੋ ਆਰਡਰ ਤੁਹਾਡੀ ਸਰਕਾਰ ਦੇ ਆ ਅੱਜ ਕੋਈ ਖੜ ਨਹੀਂ ਰਿਹਾ ਅਸੀਂ ਖਲੋਵਾਂਗੇ ਇਹੋ ਜਿਹੇ ਅਫਸਰਾਂ ਨਾਲ ਜਿਹੜੇ ਸਹੀ ਕੰਮ ਕਰ ਰਹੇ ਉਹ ਬਿਲਡਿੰਗ ਦਾ ਤਾਲਾ ਵੀ ਖੋਲ ਦਿੱਤਾ ਗਿਆ ਜੀ ਕਿਹੜਾ ਤਾਲਾ ਜਿਹੜਾ ਬਿਲਡਿੰਗ ਦਾ ਮੈਟਰ ਚੱਲਦਾ ਪਿਆ ਸੀ ਗ੍ਰੈਂਡ ਮੈਨਾਂ ਦਾ ਉਹ ਬੜੀ ਵੱਡਾ ਸਰਕਾਰ ਦੇ ਖਜ਼ਾਨੇ ਨੂੰ ਚੂਨੇ ਲਾਣ ਦੇ ਪ੍ਰੋਗਰਾਮ ਨੇ ਜੀ ਇਹ ਸਾਰੇ ਚੂਨਾ ਦਾ ਖਜ਼ਾਨੇ ਨੂੰ ਲੱਗਣਾ ਔਰ ਕਿਸੇ ਦੀ ਜੇਬ ਗਰਮ ਹੋਣੀ ਆਪਣੇ ਤੂੰ ਖਬਰ ਲਾਈ ਦੇਣੀ ਕੋਈ ਬਣੇ ਨਾ ਬਣੇ ਕੀ ਹੋਵੇ ਨਾ ਹੋਵੇ ਆਪਾਂ ਤਾਂ ਲਾਈ ਦੇਣੀ ਹੈ ਕੱਲ ਤੱਕ ਤੇ ਫਿਰ ਸਾਡੇ ਪੁੱਛੇ ਦਾ ਕੀ ਫਾਇਦਾ ਸਾਡੇ ਦੱਸੇ ਦਾ ਕੀ ਫਾਇਦਾ ਥੈਂਕ ਯੂ